ਜਦੋਂ ਸੇਰਨਾ ਮਿਲੋ ਐਵੇਂ ਹਰੀ ਸਿੰਘ ਨਲਵਾ ਭਾਈ ਹੁਣ ਸਿੱਖ ਬਰਾਦਰੀ ਦਾ ਇਹ ਕਲੇਮ ਹੈਗਾ ਕੁਛ ਲੋਕਾਂ ਦਾ ਜ਼ਿਆਦਾ ਤਾਂ ਨਹੀਂ ਜਿਹੜੇ ਜਾਹਲ ਹੈਗੇ ਨੇ ਕਿ ਇਹਨੇ ਮੁਸਲਮਾਨਾਂ ਨੂੰ ਸਲਵਾਰਾਂ ਪਵਾਈਆਂ ਸਨ ਮੰਨ ਲੈਂਦੇ ਹਾਂ ਕਿ ਇਹਨੇ ਪਵਾਈਆਂ ਹੋਣਗੀਆਂ ਪਰ ਇੱਕ ਸਵਾਲ ਹੈਗਾ ਕਿ ਕੀ ਮੁਸਲਮਾਨ ਇਸ ਨਾਲ ਪਹਿਲਾਂ ਸਲਵਾਰਾਂ ਪਾਉਂਦੇ ਨਹੀਂ ਸਨ ਕਿਉਂਕਿ ਸਲਵਾਰ ਦੀ ਹਿਸਟਰੀ ਰੋਮਨ ਦੌਰ ਤੋਂ ਮਿਲਦੀ ਹੈ ਨਬੀ ਪਾਕ ਸਲਮ ਦੇ ਦੌਰ ਤੋਂ ਪਹਿਲਾਂ ਦਾ ਜਿਹੜਾ ਹੈਗਾ ਡਰੈਸ ਹੈਗਾ ਔਰ ਅਫਗਾਨ ਜਿਹੜੇ ਹੈਗੇ ਨੇ ਉਹ ਤਾਂ ਬੜੀ ਦੇਰ ਦੇ ਹੈ ਜਿਹੜਾ ਹੈਗਾ ਡਰੈਸ ਇਸਤੇਮਾਲ ਕਰਦੇ ਨੇ ਮੰਨਿਆ ਪੰਜਾਬ ਦਾ ਇਹ ਨਹੀਂ ਹੈਗਾ ਔਰ ਕੀ ਮੁਸਲਮਾਨ ਪਹਿਲਾਂ ਹਿੰਦੂਆਂ ਤਰ੍ਹਾਂ ਸਿਰਫ ਸਤਰਪੋਸ਼ੀ ਕਰਦੇ ਹਨ ਮਤਲਬ ਨੰਗੇ ਰਹਿੰਦੇ ਹਨ ਅਤੇ ਸਿਰਫ ਆਪਣੇ ਅਜਾਏ ਮਹਿਸੂਸਾ ਡੱਕਦੇ ਸਨ ਇਹ ਵੀ ਕੋਈ ਗੱਲ ਨਹੀਂ ਜਾਂ ਨਲਵੇ ਹੋਰਾਂ ਦੀ ਵਾਲਦਾ ਕੋਈ ਡਰੈਸ ਡਿਜ਼ਾਇਨਰ ਸੀ ਉਹਨੇ ਕਿਹਾ ਹੋਣਾ ਕਿ ਸਲਵਾਰ 'ਚ ਬਾਬਾ ਘੱਟ ਕੱਪੜਾ ਲੱਗਦਾ ਹੈਗਾ ਇਹ ਪਵਾਓ ਇਹਨਾਂ ਨੂੰ ਭਾਈ ਇਸ ਤਰ੍ਹਾਂ ਦੀ ਵੀ ਗੱਲ ਕੋਈ ਨਹੀਂ ਹੈਗੀ ਸਹੀ ਹੈ ਹੁਣ ਨਰੀ ਹਰੀ ਸਿੰਘ ਨਲਵੇ ਦੀ ਜਿਹੜੀ ਹੈ ਪੋਰਟਰੇਟ ਹੈਗੀ ਹੈ ਇਹ ਤਾਂ ਆਪੀ ਮਾਂ ਦਾ ਫਰਾਕ ਪਾ ਕੇ ਉੱਤੇ ਨਜ਼ਰਾ ਪਾਈ ਹੈਗੀ ਹੈ ਜੀ ਵੀ ਮਸਰਾ ਜਿਹਾ ਹੈਗਾ ਸਿਰ 'ਚ ਜਿਹੜੀ ਪਗੜੀ ਹੈਗੀ ਐਲ ਜੀ ਬੀ ਟੀ ਵਾਲਿਆਂ ਦੀ ਪਾਈ ਹੋਈ ਹੈ ਨਲਵੇ ਹੋ ਰਹੀ ਜ਼ਰੂਰ ਮਵੇਸ਼ ਹੋਣੇ ਨੇ ਨਹੀਂ ਤਾਂ ਪਿਸ਼ਾਵਰ ਵੱਲ ਕੌਣ ਮੂੰਹ ਕਰਦਾ ਹੈਗਾ ਪਾਈ ਹੈ ਐਂ ਮਾਂ ਦੀ ਫਰਾਕ ਪਾ ਕੇ ਗਿਆ ਹੋਣਾ ਉੱਥੇ ਡਾਂਸ ਡੂੰਸ ਕੀਤਾ ਹੋਣਾ ਪਠਾਣਾ ਨਹੀਂ ਪਸੰਦ ਆਇਆ ਹੋਣਾ ਅਕਬਰ ਖਾਨ ਉੱਥੇ ਬੈਠਾ ਹੋਣਾ ਉਹਨੇ ਦਾਬਾ ਮਾਰਿਆ ਹੋਣਾ ਜੀ ਟੱਟੀ ਨਿਕਲ ਗਈ ਹੋਣੀ ਹੈ ਅਤੇ ਅਕਬਰ ਖਾਨ ਜਿਹਨੇ ਨਲਵੇ ਹੋਰਾਂ ਦੀ ਧੌਣ ਲਾਈ ਸੀ ਨਾ ਮੁਸਲਮਾਨਾਂ ਵਿੱਚ ਉਹਦੀ ਹਿਸਟਰੀ ਮਿਲਦੀ ਨਹੀਂ ਕਿਉਂਕਿ ਇੱਕ ਆਮ ਜਿਹਾ ਵਾਕਿਆ ਸੀ ਜਿਸ ਨੇ ਇੱਕ ਕੁੱਤਾ ਨਹੀਂ ਮਾਰ ਦਿੱਤਾ ਹੁੰਦਾ ਹੈਗਾ ਇਹ ਨਲਵੇ ਦੀ ਔਕਾਤ ਸੀ ਯਾਨੀ ਕਿ ਇਸਲਾਮ ਦੁਸ਼ਮਣ ਜਿਹੜੇ ਸਨ ਉਹਨਾਂ ਦੀ ਬੜੇ ਬੜੇ ਵੱਡੇ ਦੁਸ਼ਮਣ ਆਏ ਨੇ ਇਸਲਾਮ ਵਿੱਚ ਸਹੀ ਨਲਵੇ ਹੋਰਾਂ ਦੀ ਔਕਾਤ ਇਹ ਹੈਗੀ ਹੈ ਕਿ ਅਕਬਰ ਖਾਨ ਦੀ ਕੋਈ ਹਿਸਟਰੀ ਸਾਨੂੰ ਲੱਭਦੀ ਨਹੀਂ ਢੂੰਡਿਆਂ ਨਹੀਂ ਲੱਭਦੀ ਹੈਗੀ ਸਹੀ ਹੈ ਜਮਰੂਦ ਦੇ ਕਿਲੇ 'ਚ ਉਹਨੇ ਸੁਣਿਆ ਹੈਗਾ ਕਿ ਸਿਸਕ ਕੇ ਮਾਰਿਆ ਸੀ ਉਹਨਾਂ ਨੇ ਸਹੀ ਔਰ 3 ਦਿਨ ਇਹਦੀ ਧੌਣ ਲਾ ਕੇ ਜਮਰੂਦ ਦਾ ਜਿਹੜਾ ਫੋਰਟ ਹੈਗਾ ਉੱਥੇ ਲਟਕਾ ਕੇ ਰੱਖੀ ਸੀ ਹੈ ਜਮਰੂਦ ਕੋ ਦਾ ਜਿਹੜਾ ਫੋਰਟ ਹੈਗਾ ਯਾਨੀ ਕਿਲ੍ਹਾ ਜਿਹੜਾ ਹੈਗਾ ਹਜੇ ਵੀ ਹੈਬਰ ਪਾਸ ਪਾਕਿਸਤਾਨ ਦੇ ਵਿੱਚ ਮੌਜੂਦ ਹੈਗਾ ਭਾਈ ਇਹ ਨਲਵਾ ਨਹੀਂ ਸੀ ਇਹ ਪਠਾਣਾ ਦਾ ਹਲਵਾ ਸੀ ਯਮਨ ਕਟੀਟਾ ਵੀ ਕੀਤਾ ਹੋਣਾ ਇਹਦੇ ਨਾਲ ਨਹੀਂ ਤਾਂ ਅਕਲ ਵਾਲਾ ਹੁੰਦਾ ਅਤੇ ਪਿਸ਼ਾਵਰ ਵੱਲ ਪਠਾਣਾ ਵਾਲਾ ਮੂੰਹ ਕਰਨ ਡਿਆ ਸੀ ਪਾਗਲ ਬੰਦਾ ਸੀ ਕੋਈ ਯੋਧਾ ਨਹੀਂ ਸੀ ਸ਼ੋਧਾ ਲੱਗਦਾ ਹੈਗਾ ਪਰ ਹੋਏਗਾ ਪਰ ਕੋਈ ਐਡੀ ਤੋਪ ਨਹੀਂ ਸੀ